ਅੱਜ ਸਮਰਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਸਮਰਾਲਾ ਦੇ SMO 'ਤੇ ਕੁਝ ਵਿਅਕਤੀਆਂ ਵੱਲੋਂ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਸਮਰਾਲਾ ਪੁਲਿਸ ਨੇ ਅੱਜ ਉਹਨਾਂ 4 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ। SSP ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੋਸ਼ੀਆਂ ਕੋਲੋਂ ਕਈ ਤੇਜ਼ ਹਥਿਆਰ ਬਰਾਮਦ ਹੋਏ ਹਨ। ਇਸ ਦੇ ਨਾਲ ਨਾਲ ਹੀ ਇੱਕ ਬੱਚਿਆਂ ਦੇ ਖਿਡੌਣੇ ਵਾਲੀ ਪਿਸਤੌਲ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਵੀ ਸਾਡਾ 25 ਤਰੀਕ ਨੂੰ 25 ਫਰਵਰੀ SMO ਸਮਰਾਲਾ ਡਾਕਟਰ ਤਰਨਜੋਤ ਸਿੰਘ ਜਿਹੜੇ ਹੈਗੇ ਕਾਫੀ ਪੁਰਾਣੇ ਤੋਂ ਡਾਕਟਰ ਹੈਗੇ ਸਰਕਾਰੀ, ਉਹਨਾਂ 'ਤੇ ਇੱਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ। ਉਹਦੇ ਬਿਹਾਫ 'ਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਇੱਕ FIR ਲੌਜ ਹੋਇਆ ਸੀਗਾ ਜੀ, T41-506-24 ICC 'ਚ। ਉਹਦੀ ਤਫਤੀਸ਼ 'ਚ ਕੱਲ੍ਹ ਸਾਡਾ ਇਹ ਕਾਇੰਡ ਆਫ ਬਲਾਈਂਡ ਕੇਸ ਹੀ ਸੀਗਾ। ਸਾਡੀ ਜਿਹੜੀ ਸਸਟੇਨਡ ਟੈਕਨੀਕਲ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ 'ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਅਤੇ ਇਸ ਕੇਸ 'ਚ ਜਿਹੜੇ ਮੇਨਲੀ 4 ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਸੰਬੰਧ 'ਚ ਵੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ। ਇਹਦੀ ਜਿਹੜਾ ਸਾਡੇ ਬਲਾਈਂਡ ਕੇਸ ਟਰੈਕ ਕਰਨ 'ਚ ਇਹਦਾ ਸ਼੍ਰੇਅ ਜਾਂਦਾ ਹੈ ਕਿ SPD ਸੌਰਵ ਜਿੰਦਲ, ਇਹਨਾਂ ਦੇ ਅੰਦਰ DSP ਸਮਰਾਲਾ ਤਰਲੋਚਨ ਸਿੰਘ, DSPD ਸੁਖਮਜੋਤ ਰੰਧਾਵਾ, ਆਪਣੇ ਇੰਚਾਰਜ CIA ਇੰਸਪੈਕਟਰ ਅਮਨਦੀਪ ਸਿੰਘ, SHO ਸਮਰਾਲਾ ਰਾਮ ਵਿਰਿੰਦਰ, ਇਹਨਾਂ ਸਾਰਿਆਂ ਨੂੰ ਮਿਲ ਕੇ ਬਹੁਤ ਹੀ ਸੂਝਬੂਝ ਅਤੇ ਪੇਸ਼ੈਂਟਲੀ ਔਰ ਸਸਟੇਨਡ ਵੇ ਨਾਲ ਇਸ ਕੇਸ ਨੂੰ ਟਰੈਕ ਕੀਤਾ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ ਕਿ 25 ਤਰੀਕ ਨੂੰ ਸਾਨੂੰ ਡਾਕਟਰ ਤਰਨਜੋਤ ਸਿੰਘ ਜਿਹੜੇ SMO ਸਮਰਾਲਾ ਹੈਗੇ ਅਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਮੈਡੀਕਲ ਵਿੰਗ 'ਚ, ਉਹਨਾਂ ਵੱਲੋਂ ਸਾਨੂੰ ਕੰਪਲੇਂਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:00 ਵਜੇ ਜਦੋਂ ਡਿਊਟੀ ਤੋਂ ਔਫ ਕਰਕੇ ਆਪਣੇ ਰੈਜੀਡੈਂਸ 'ਚ ਜਾ ਰਹੇ ਸੀਗੇ, ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹੋਸਪਿਟਲ ਦੇ ਨੇੜੇ, ਤਾਂ ਉਹਨਾਂ ਨੂੰ ਆਪਣੀ ਗੱਡੀ ਕਾਰ ਵੀਜ਼ਾ ਕਾਰ ਉਹਨਾਂ ਕੋਲ ਹੈਗੀ, ਉਹਦੇ 'ਤੇ ਆਪਣੇ ਘਰ ਜਾ ਰਹੇ ਸੀਗੇ। ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ TG65 ਤੋਂ ਸ਼ੁਰੂ ਹੁੰਦਾ ਸੀ, ਉਹਦੇ 'ਤੇ 3-4 ਨੌਜਵਾਨ ਸਵਾਰ ਸੀਗੇ। ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟਿਮੀਡੇਟ ਕੀਤਾ, ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ। ਬਟ ਹੀ ਆਲਸੋ ਸੋ ਕਿ ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਹੱਥਾਂ 'ਤੇ ਕੁਛ ਫੜਿਆ ਹੋਇਆ ਸੀ, ਵਿਚ ਕੁਡ ਹੈਵ ਬੀਨ ਕੋਈ ਫੇਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਦੀ। ਸੋ ਉਸ ਬਿਹਾਫ 'ਤੇ ਅਸੀਂ ਨਾਮਲੂਮ ਵਿਅਕਤੀਆਂ ਦੇ ਖਿਲਾਫ FIR ਨੰਬਰ 39 25 ਫਰਵਰੀ ਨੂੰ ਲੌਂਚ ਕੀਤੀ ਸੀਗੀ ਅੰਡਰ ਸੈਕਸ਼ਨ 341-506-24 ICC ਥਾਣਾ ਸਮਰਾਲਾ। ਸੋ ਇਸ ਬਿਕੋਜ਼ ਸਾਡੇ ਜ਼ਿਲ੍ਹੇ ਦੇ ਬੜੇ ਹੀ ਰਿਨਾਊਂਡ ਔਰ ਰਿਸਪੈਕਟੇਬਲ ਸਿਟੀਜ਼ਨ ਹੈ ਔਰ ਇੱਕ ਬਿਲਕੁਲ ਹੀ ਬਲਾਈਂਡ ਕੇਸ ਸੀਗਾ, ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਾਂ ਬਣਾਈਆਂ, ਜਿਹਦੇ 'ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਦੀ ਜਿਹੜੀ CIA ਵਿੰਗ ਹੈ ਉਹਨਾਂ ਦੀ ਵੱਖ ਵੱਖ ਪਾਰਟੀਆਂ ਬਣਾਈਆਂ ਗਈਆਂ। ਕਿਸੇ ਨੇ ਉਹਨੂੰ CCTV 'ਤੇ ਪੂਰੀ ਟ੍ਰੇਲ ਫੋਲੋ ਕੀਤੀ, ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸਾਇੰਟੀਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ। ਫਾਈਨਲੀ ਸਾਨੂੰ ਕੱਲ੍ਹ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ 'ਚ ਇਨਵੋਲਵ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ, ਇਹ ਵਾਸੀ ਬਹਲੋਲਪੁਰ ਥਾਣਾ ਮਾਛੀਵਾੜਾ ਸਾਹਿਬ ਦੇ ਹੈਗੇ। ਦੂਜਾ ਮਨਪ੍ਰੀਤ ਸਿੰਘ ਉਸ ਮਨੀ, ਇਹ ਵੀ ਵਾਸੀ ਬਹਲੋਲਪੁਰ। ਤੀਜਾ ਸੰਜੀਵ ਕੁਮਾਰ ਉਸ ਲੱਕੀ, ਇਹ ਰਹਿਣ ਵਾਲਾ ਹੈ ਜੀ ਵਾਰਡ ਨੰਬਰ 1 ਮੁਹੱਲਾ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ। ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਲੋਲਪੁਰ ਦਾ। ਔਰ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਦੇ 'ਤੇ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ, ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ, ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ 'ਚ ਸਫਾਈ ਸੇਵਕ ਦਾ ਕੰਮ ਕਰਦੇ ਆ, ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ ਇਹ ਦੋਨੋਂ ਜਿਹੜਾ ਰੇਨੂ ਮਹੰਤ ਦੇ ਡੇਰੇ 'ਤੇ ਇਹਨਾਂ ਦਾ ਆਉਣਾ ਜਾਣਾ ਸੀਗਾ।
ਔਰ ਇਹਨਾਂ ਨੇ ਆਪਸ ਚ ਇਹਨਾਂ ਨੂੰ ਬਿਕੋਜ਼ ਐਸਐਮਓ ਸਮਰਾਲਾ ਪੁਰਾਣੇ ਉੱਥੇ ਪੋਸਟਡ ਹੈ, ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਕਰਮਜੋਤ ਸਿੰਘ ਹੈ ਇਹ ਦੇਰ ਰਾਤ ਨੂੰ ਆਪਣੇ ਘਰ ਜਾਂਦੇ ਆ ਆਪਣੀ ਡਿਊਟੀ ਤੋਂ ਆਫ ਕਰਕੇ, ਔਰ ਇਕੱਲੇ ਰਹਿੰਦੇ ਆ, ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ, ਕੈਸ਼ ਜਾਂ ਆਪਣਾ ਜੋ ਵੀ ਸਮਾਨ ਹੁੰਦਾ, ਉਹਨਾਂ ਦਾ ਘਰ ਵੀ ਨੇੜੇ, ਸਟੇਇੰਗ ਅਲੋਨ ਉਹਨਾਂ ਨੂੰ ਪੂਰਾ ਪਤਾ ਸੀ, ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਛ ਨਾ ਕੁਛ ਲੁੱਟ ਖੋ ਦੀ ਵਾਰਦਾਤ ਕਰਨਗੇ। ਇਸੇ ਨੀਅਤ ਨਾਲ ਹੀ ਇਹਨਾਂ ਨੇ ਇਹ ਜਿਹੜਾ ਪਲਾਨ ਕੀਤਾ ਸੀ, ਜੋ ਉਸ ਦਿਨ ਤਾਂ ਪ੍ਰੀਐਮਟ ਹੋ ਗਿਆ, ਬਟ ਹੌਲੀ ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ। ਇਸ ਬਿਹਾਫ ਤੇ ਅਸੀਂ ਕੱਲ ਇਹਨਾਂ ਦੇ ਕੁਛ ਇਸੇ ਬਿਹਾਫ ਤੇ 394 ਔਰ 398 ICC ਦੇ ਸੈਕਸ਼ਨ ਦਾ ਵਾਅਦਾ ਕੀਤਾ, ਔਰ 2553 ਅਨਾਜ ਅਸਲਾ ਐਕਟ ਦਾ ਵਾਅਦਾ ਵੀ ਕੀਤਾ, ਕਿਉਂਕਿ ਇਹਨਾਂ ਤੋਂ ਜੋ ਸਾਨੂੰ ਰਿਕਵਰੀ ਹੋਈਆਂ ਉਹ ਉਹਦੇ 'ਚ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹਾਨ ਤੋਂ, ਮਨਪ੍ਰੀਤ ਤੋਂ ਸਾਨੂੰ ਦਾਤਰ ਲੋਹੇ ਦਾ ਮਿਲਿਆ, ਔਰ ਇੱਕ ਪਿਸਟਲ ਖਿਡੌਣਾ, ਟੋਏ ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ, ਔਰ ਸੰਜੀਵ ਕੁਮਾਰ ਲੱਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ ਚਾਕੂ ਰਿਕਵਰ ਹੋਇਆ। ਸੋ ਬੇਸਿਕਲੀ ਇਹਨਾਂ ਨੇ ਇਸੇ ਪਲਾਨ ਨਾਲ ਲੁੱਟ ਖੋਹ ਦੀ ਨੀਅਤ ਨਾਲ ਹੀ ਸਾਰਾ ਕੁਛ ਜਿਹੜਾ ਖੇਡ ਰਚਿਆ ਸੀਗਾ ਕ੍ਰਾਈਮ। ਔਰ ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹਾਂਗੀ ਜਿਹੜੇ ਰੇਨੂ ਮਹੰਤ ਹੈ ਇਹਦੇ 'ਤੇ ਵੀ ਪਹਿਲਾਂ 3 ਪਰਚੇ ਦਰਜ, 2011 'ਚ ਇਹਦੇ 'ਤੇ ਇੱਕ ਹਰਟ ਕੇਸ ਦਾ ਪਰਚਾ ਦਰਜ ਹੋਇਆ ਸੀ ਮਾਛੀਵਾੜਾ ਸਾਹਿਬ 'ਚ, 2020 'ਚ 188 ਦਾ ਪਰਚਾ ਅਗੇਨ ਮਾਛੀਵਾੜਾ ਸਾਹਿਬ, ਔਰ 2022 'ਚ 304 ਦਾ ਮੁਕੱਦਮਾ ਦਰਜ ਹੈ। ਜਿਹੜਾ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਹੈ ਇਹਦੇ 'ਤੇ ਪਹਿਲਾਂ 5 ਪਰਚੇ ਦਰਜ ਹੈ, ਵਿਚ ਇਨਵੋਲਵ 2 NDPS ਦੇ, ਇੱਕ 307 ਦਾ, ਇੱਕ ਚੋਰੀ ਦਾ ਅਤੇ ਇੱਕ ਲੜਾਈ ਝਗੜੇ ਦਾ। ਸੋ ਬੇਸਿਕਲੀ ਇਹਨਾਂ ਤੋਂ 402 ਤਾਂ ਪੁਰਾਣੇ ਹੀ ਕ੍ਰਿਮੀਨਲ ਟੈਂਡੈਂਸੀ ਦੇ ਸੀਗੇ, ਅਤੇ ਹੁਣ ਇਹਨਾਂ ਨੇ ਬੜਾ ਹੀ ਸੀਰੀਅਸ ਓਫੈਂਸ ਕਰਨ ਦਾ ਪਲਾਨ ਕੀਤਾ ਸੀਗਾ। ਸੋ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹਨਾਂ ਸਾਰਿਆਂ ਨੂੰ ਅਰੈਸਟ ਕਰਕੇ, ਇੱਕ ਲੈਸਨ ਵੀ ਮਿਲਦਾ ਹੈ ਕਿ ਸਾਡੇ ਜਿਹੜੇ ਸਿਟੀਜ਼ਨਸ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਹੈ ਸਾਡੇ ਲਈ ਬਹੁਤ ਹੀ ਪੈਰਾਮਾਊਂਟ ਇੰਪੋਰਟੈਂਸ ਰੱਖਦੀ ਹੈ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਵਾਰਦਾਤਾਂ ਪੁਰਾਣੀ ਨਾਲ ਤੋਂ ਫੇਸ ਕਰੀਏ, ਕਿ ਸ਼ਾਇਦ ਉਹਨਾਂ ਨੇ ਪਹਿਲਾਂ ਵੀ ਇੱਦਾਂ ਦਾ ਕੁਛ ਲੁੱਟਾਂ ਖੋਹਾਂ ਦਾ ਪਲਾਨ ਕੀਤਾ ਹੋਵੇ ਜਾਂ ਈਵਨ ਐਗਜੀਕਿਊਟ ਕੀਤਾ ਹੋਵੇ। ਹਾਂਜੀ, ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹਾਂਗੀ ਕਿ ਸਾਡੀ ਇਸ ਸਾਲ ਸਾਲ ਦੀ ਬਿਗਿਨਿੰਗ ਤੋਂ PO ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ ਖੰਨਾ ਪੁਲਿਸ ਨੇ, ਇਨਫੈਕਟ ਹੋਲ ਆਫ ਪੰਜਾਬ ਪੁਲਿਸ ਨੇ। ਇਹਦੇ 'ਚ ਵੀ ਸਾਡੇ ਸਾਰੇ ਥਾਣੇ, ਸਾਡਾ CIS ਸਟਾਫ, PO ਸਟਾਫ, ਸਪੈਸ਼ਲ ਬ੍ਰਾਂਚ ਟੈਕਨੀਕਲ, ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕੰਟਰੀਬਿਊਟ ਕੀਤਾ, ਔਰ ਇਸ ਸਾਲ 1 ਜਨਵਰੀ ਤੋਂ ਲੈ ਕੇ 1 ਮਾਰਚ ਤੱਕ ਸਾਨੂੰ 133 ਅਸੀਂ PO ਗ੍ਰਿਫਤਾਰ ਕਰਨ 'ਚ ਸਕਸੈਸਫੁਲ ਹੋਏ। ਸੋ ਇਹ ਡਰਾਈਵ ਸਾਡੀ ਜਾਰੀ ਰਹੇਗੀ, ਔਰ ਆਈ ਕੰਗ੍ਰੈਚੁਲੇਟ ਮਾਈ ਟੀਮ ਕਿ ਇਹਨਾਂ ਨੇ ਇਸ ਵਿੰਗ ਇਸ ਏਰੀਆ 'ਚ ਬਹੁਤ ਵਧੀਆ ਕੰਮ ਕੀਤਾ। ਥੈਂਕ ਯੂ।